ਜਿਹੜੀ ਸਰਪੰਚੀ ਆ ਨਾ ਖਾਸ ਕਰ ਹੂੰ ਪਿੰਡ ਲੈਵਲ ਦੀ ਇੱਥੇ ਹਮੇਸ਼ਾ ਹੀ ਘਰ ਫੂਕ ਕੇ ਤਮਾਸ਼ਾ ਵੇਖਿਆ ਜਾਂਦਾ ਹੈ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਰਪੰਚ ਨੇ ਕੋਈ ਬੜੀ ਵੱਡੀ ਪ੍ਰਾਪਰਟੀ ਬਣਾਲੀ ਹੋਊਗੀ ਜਿਵੇਂ ਤੁਸੀਂ ਇੰਟਰਵਿਊ ਜਿਕੇ ਮੇਰੇ ਦਾਦਾ ਜੀ ਸੀ ਮੇਰੇ ਪਾਪਾ ਸਾਹਿਬ ਮੇਰੇ ਚਾਚਾ ਜੀ ਬਣ ਗਏ ਮੇਰੇ ਤਾਇਆ ਜੀ ਬਣ ਗਏ ਹੁਣ ਮੈਨੂੰ ਬਣਾਤਾ ਲੋਕਾਂ ਨੇ ਜੀ ਤੁਸੀਂ ਸਾਡਾ ਰਿਕਾਰਡ ਚੈੱਕ ਕਰ ਲਓ ਪਿੰਡ ਜਾ ਕੇ ਜੀ ਵੀ ਅਸੀਂ ਤਾਂ ਨੂੰ ਗਏ ਆ ਮਲਵਾਰਥਿਕ ਪੱਖੋਂ ਕਿ ਥੱਲੇ ਨੂੰ ਜੀ ਜਿੱਥੇ ਮੇਰੇ ਦਾਦਾ ਜੀ ਸਾਨੂੰ ਛੱਡ ਕੇ ਗਏ ਸੀ ਉਦੋਂ ਅਸੀਂ ਤਾਹ ਨੂੰ ਗਏ ਕਿ ਥੱਲੇ ਨੂੰ ਗਏ ਜੀ ਫਿਰ ਤੁਹਾਨੂੰ 5-6 ਪੀੜੀਆਂ ਦਾ ਇਤਿਹਾਸ ਤਾਂ ਪਤਾ ਲੱਗ ਹੀ ਜਾਊਗਾ ਨਾ ਵੀ ਕੀ ਅਸੀਂ ਪ੍ਰਾਪਰਟੀ ਬਣਾ ਲਈ ਤੇ ਕੀ ਅਸੀਂ ਗਵਾਤਾ ਜੀ ਸਮਾਜ ਦੇ ਵਿੱਚ ਜਿਹੜਾ ਹੁਣ ਚੱਲ ਰਿਹਾ ਹੈ ਨਾ ਬਾਈਜੀ ਸਿਸਟਮ ਜੀ ਸਰਪੰਚਾਂ ਨੂੰ ਇਸ ਸਰਕਾਰ ਨੇ ਤੇ ਇਹਨਾਂ ਦੇ ਖਾਸ ਕਰ ਬੰਦਿਆਂ ਨੇ ਚੋਰ ਸ਼ਬਦ ਕਰਤਾ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਜਿਹੜੀ ਮਤਲਬ ਸੱਤਾ ਤੇ ਰਹਿ ਜੀ ਉਹ ਇਸ ਚੀਜ਼ ਤੇ ਲੱਗੀ ਵੀ ਸਰਪੰਚ ਚੋਰ ਐ ਚੋਰ ਐ ਚੋਰ ਐ ਤੇ ਫਿਰ ਜੇ ਇਹ ਚੋਰ ਆ ਤਾਂ ਜਿਹੜੇ ਇਹਨਾਂ ਦੇ ਨਵੇਂ ਬਣਗੇ ਉਹ ਸਾਥ ਬਣ ਜਾਣਗੇ ਉਹ ਵੀ ਤਾਂ ਚੋਰੀ ਹੋਣਗੇ ਫਿਰ ਜੀ ਜੇ ਪੁਰਾਣਾ ਚੋਰ ਆ ਤਾਂ ਫਿਰ ਨਵਾਂ ਬਣੇ ਉਹ ਵੀ ਚੋਰ ਆ ਕਿਉਂਕਿ ਪੋਸਟ ਹੀ ਚੋਰਾਂ ਵਾਲੀ ਆ ਗਈ ਇਹ ਜੀ ਇਹ ਤਾਂ ਕਰਫੂ ਕੇ ਤਮਾਸ਼ਾ ਵੇਖਣ ਵਾਲੀ ਗੱਲ ਐ ਇਹ ਲਾਵ ਲੂਪ ਤਾਂ ਹੈ ਨਹੀਂਗੇ ਇਹ ਤਾਂ ਸ਼ੌਂਕ ਐ ਬਸ ਤੇ ਜਿਹੜੀ ਤੁਹਾਡੀ ਮਤਲਬ ਇੱਥੇ ਹੈਗੀ ਐ ਜਿਵੇਂ ਕਹਿੰਦੇ ਹੁੰਦੇ ਦਿਲ ਚ ਜਾਂ ਤੁਹਾਡੇ ਜੈਨੇਟਿਕ ਗੱਲ ਖੂਨ ਚ ਆ ਉਹ ਨਿਕਲ ਨਹੀਂ ਨਹੀਂ ਸਾਡੇ ਤਾਂ ਬਈ ਖੂਨ ਚ ਆਏ ਨਿਕਲ ਨਹੀਂ ਤਾਂ ਹੈ ਜੀ ਵੀ ਤੁਸੀਂ ਮੈਂ ਆਪਣੀ ਫੋਨ ਤੇ ਗੱਲ ਹੋਈ ਹੁਣ ਤੁਸੀਂ ਦੱਸਿਆ ਵੀ ਚਾਚੇ ਹੋਣਿਆ ਨੇ ਵੀ ਸਰਪੰਚੀ ਕੀਤੀ ਤਾਏ ਹੋਣਿਆ ਨੇ ਵੀ ਫਿਰ ਐ ਜੇ ਹੁੰਦਾ ਵੀ ਯਾਰ ਬਾਪੂ ਨੇ ਸਰਪੰਚੀ ਕੀਤੀ ਡੈਡੀ ਹੋਣਿਆ ਨੇ ਤਾਂ ਫਿਰ ਲੱਗਦਾ ਹੁੰਦਾ ਵੀ ਨਹੀਂ ਯਾਰ ਸਰਪੰਚੀ ਤਾਂ ਨਹੀਂ ਛੱਡੀ ਜਾਂ ਫਿਰ ਪਿੰਡ ਦੇ ਵੀ ਕਹਿੰਦੇ ਆ ਵੀ ਯਾਰ ਬਾਈ ਗਗਨਦੀਪ ਐਤਕੀ ਫੇਰ ਥੋੜਾ ਜਿਹਾ ਲੋੜ ਆ ਪਿੰਡ ਨੂੰ ਥੋੜੀ ਤੇ ਇਸ ਵਾਰ ਫੇਰ ਚੋਣਾ ਚਾਜੋ ਬਈ ਲੋੜ ਕਰ ਕੀ ਕਹਿੰਦਾ ਜੀ ਜੇ ਕਿਸੇ ਦੇ ਕੰਮ ਆਉਣੇ ਆ ਤਾਂ ਬਈ ਫੇਰ ਹੀ ਅਗਲਾ ਬਣਾਉਂਦਾ ਨਹੀਂ ਇੰਨਾ ਲੰਮਾ ਸਮਾਂ ਨਹੀਂ ਬਣਾਉਂਦਾ ਜੀ ਹੁਣ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਮੇਰੀ ਉਸ ਪਾਰਟੀ ਨਾਲ ਕੋਈ ਸਬੰਧ ਨਹੀਂ ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਜੀ ਪਰ ਜੇ ਉਹਨਾਂ ਨੇ ਪੰਜਾਬ ਵਾਸਤੇ ਕੁਝ ਕੀਤਾ ਸੀ ਤਾਂ ਹੀ ਉਹ ਪੰਜ ਵਾਰੀ ਬਣੇ ਬਿਲਕੁਲ ਕੈਪਟਨ ਸਾਹਿਬ ਨੇ ਪਹਿਲੀ ਸਰਕਾਰ ਚ ਜਿਹੜੇ 5 ਸਾਲ ਸੀ ਵਧੀਆ ਕੰਮ ਕੀਤਾ ਸੀ ਫੇਰ ਹੀ ਲੋਕਾਂ ਨੇ ਅਗਲੀ ਵਾਰੀ ਬਣਾਇਆ ਜੀ ਜਦੋਂ ਉਹਨਾਂ ਨੇ ਕੰਮ ਪੰਜਾਬ ਵਾਸਤੇ ਕਰਨਾ ਬੰਦ ਕਰਤਾ ਇਵੇਂ ਬਾਦਲ ਸਾਹਿਬ ਨਾਲ ਹੋਈ ਤੋਂਵੇਂ ਕੈਪਟਨ ਸਾਹਿਬ ਨਾਲ ਹੋਈ ਲੋਕਾਂ ਨੇ ਉਹ ਮਾਰੇ ਚਲਾ ਕੇ ਬਿਲਕੁਲ ਜਿਹੜੀ ਕਿ ਕੰਮ ਜੇ ਮਨ ਲੋ ਕੰਮਾਂ ਨੂੰ ਲੈ ਕੇ ਸਾਰੇ ਲੋਕੀ ਉਸ ਤਰ੍ਹਾਂ ਚਾਹੁੰਦੇ ਨੇ ਜਿਵੇਂ ਬਾਈ ਤੁਸੀਂ ਸੱਤਾ ਦੀ ਗੱਲ ਕੀਤੀ ਹੈ ਤੁਹਾਨੂੰ ਲੱਗਦਾ ਹੈ ਵੀ ਜਿਵੇਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਅੱਜ ਕੱਲ ਕਾਂਗਰਸ ਨੂੰ ਵੀ ਲੋਕਾਂ ਨੇ ਕਰਾਰੀ ਹਾਰ ਦੇਤੀ ਐ ਅਕਾਲੀ ਦਲ ਨੂੰ ਵੀ ਤਾਂ ਕਿੰਨਾ ਕਸਰ ਖਾਸ ਤੌਰ ਤੇ ਸਰਪੰਚੀ ਤੇ ਕਿੰਨਾ ਕਸਰ ਪਿਆ ਕਿਉਂਕਿ ਤੁਸੀਂ ਕਾਂਗਰਸ ਦੇ ਵਿੱਚ ਸਰਪੰਚ ਬਣਦੇ ਹੋ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹੋ ਤੇ ਅੱਜ ਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿਕਤਾਂ ਕੀ ਆ ਨਾ ਪਹਿਲਾਂ ਕਿੰਨਾ ਕੁ ਸੌਖਾ ਸੀ ਜਦੋਂ ਆਮ ਆਦੀ ਪਾਰਟੀ ਪਾਵਰ ਦੇ ਵਿੱਚ ਆ ਤੇ ਕੀ ਕੀ ਦਿੱਕਤਾਂ ਦਾ ਫਿਰ ਤੁਹਾਨੂੰ ਸਾਹਮਣਾ ਕਰਨਾ ਪਿਆ ਬਈ ਦਿੱਕਤਾਂ ਹੀ ਦਿੱਕਤਾਂ ਐ ਵੈਸੇ ਤਾਂ ਜਿਹੜੀ ਆ ਟਰਮ ਰਹੀ ਆ ਨਾ ਸਰਪੰਚੀ ਵਾਲੀ ਸ਼ਾਇਦ ਕਿਸੇ ਬੰਦੇ ਨੇ ਤੁਹਾਡੇ ਕੋਲੇ ਨਹੀਂ ਗੱਲ ਕੀਤੀ ਹੋਣੀ ਇਸ ਟਰਮ ਦੇ ਵਿੱਚ ਕੰਮ ਹੋਇਆ ਬਹੁਤ ਜ਼ਿਆਦਾ ਜੀ ਸਮਾਂ ਮਿਲਿਆ ਘੱਟ ਜੀ ਸਿਰਫ ਤੇ ਸਿਰਫ ਪਹਿਲੇ ਜਿਹੜੇ ਸਟਾਰਟਿੰਗ ਵਾਲੇ 1.5 ਤੋਂ ਪੌਣੇ 2 ਸਾਲ ਆ ਉਦੋਂ ਹੀ ਕੰਮ ਹੋਇਆ ਹੈ ਜੀ ਉਸ ਤੋਂ ਬਾਅਦ ਕਰੋਨਾ ਵਾਲਾ ਪੀਰੀਅਡ ਆ ਗਿਆ ਬਿਲਕੁਲ ਕਰੋਨਾ ਵਾਲੇ ਪੀਰੀਅਡ ਨੇ ਮਾਰਤਾ ਤੁਸੀਂ ਦੇਖੋ ਘਟੋ ਘਟ ਸਾਲ ਸਵਾ ਸਾਲ ਤਕਰੀਬਨ ਕੰਮ ਬੰਦ ਰਿਹਾ ਸਾਰੀਆਂ ਪੰਚਾਇਤਾਂ ਦੇ ਸਾਰੇ ਮਤਲਬ ਸਾਰਾ ਵਰਡ ਹੀ ਬੰਦ ਰਿਹਾ ਜੀ ਫਿਰ ਜਦੋਂ ਇਹ ਸਰਕਾਰ ਬਣ ਗਈ ਉਸ ਤੋਂ ਬਾਅਦ ਦਿੱਕਤਾਂ ਆਉਣੀਆਂ ਸ਼ੁਰੂ ਕਰਤੀਆਂ ਹੁਣ ਦੇਖੋ ਤੁਸੀਂ ਇਹਨਾਂ ਨੇ ਭੰਗ ਕੀਤੀਆਂ ਸੀਗੀਆਂ ਬਿਲਕੁਲ ਭੰਗ ਕਰਤੀਆਂ ਭੰਗ ਇਹਨਾਂ ਨੇ ਤਾਂ ਕੀਤੀ ਸੀ ਆਪਾਂ ਕੁਝ ਟਾਈਮ ਪਹਿਲਾਂ ਵੀ ਗੱਲ ਕਰਦੇ ਸੀ ਜੀ ਕੀ ਇਹਨਾਂ ਨੇ ਇਹ ਸੋਚਿਆ ਸੀ ਕਿ ਆਪਦੇ ਬੰਦੇ ਅਸੀਂ ਅੱਗੇ ਲਾਈਏ ਪ੍ਰਬੰਧਕ ਉਹਨਾਂ ਦੇ ਘਰੇ ਕੱ ਲਈਏ ਕਿ ਪ੍ਰਬੰਧਕ ਆ ਗਿਆ ਜੀ ਸਾਹਿਬ ਆਗੇ ਜਿਹੜੇ ਪ੍ਰਬੰਧਕ ਲੱਗੇ ਆ ਜਾਂ ਕੋਈ ਕਿਸੇ ਪਿੰਡ ਚ ਪੰਚਾਇਤ ਸੈਕਟਰੀ ਲੱਗਾ ਉਹਨੂੰ ਬੂਸਟ ਜਾਂ ਮਿਲ ਜੇ ਕਿਉਂਕਿ ਇਹਨਾਂ ਦੇ ਸਰਪੰਚ ਸਰਪੰਚ ਬਣਦੇ ਲੱਗਦੇ ਨਹੀਂ ਜੀ ਉਹ ਉਹ ਉਹਨਾਂ ਨੇ ਉਹਦੇ ਕਰਕੇ ਭੰਗ ਕਰਤੀਆਂ ਫਿਰ ਫੈਸਲਾ ਵਾਪਸ ਲੈ ਲਿਆ ਵਾਪਸ ਨਹੀਂ ਲਿਆ ਜੀ ਵਾਪਸ ਲੈ ਲਿਆ ਸਮਾਜਿਕ ਤੌਰ ਤੇ ਹਜੇ ਵੀ ਸਰਦਾਰ ਸਾਹਿਬ ਸਾਡੀਆਂ ਡੋਂਗਲਾਂ ਬੰਦ ਪਈਆਂ ਕਿਸੇ ਪੂਰੇ ਪੰਜਾਬ ਦੀਆਂ 13 13.5 ਹਜ਼ਾਰ ਪੰਚਾਇਤ ਦੇ ਵਿੱਚੋਂ ਇੱਕ ਵੀ ट्रांजैक्शन ਨਹੀਂ ਹੋਈ ਜਦੋਂ ਦੀਆਂ ਦੁਬਾਰਾ ਇਹਨਾਂ ਨੇ ਸਰਪੰਚੀਆਂ ਬਹਾਲ ਕੀਤੀਆਂ ਨਾਲੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਤੋਂ ਬਾਅਦ ਇੱਕ ਵੀ ਇਹਨਾਂ ਨੇ ਪੇਮੈਂਟ ਨਹੀਂ ਹੋਈ ਕਿਉਂ ਕਿ ਸਿਸਟਮ ਤੁਹਾਡਾ ਇਨ ਸਰਕਾਰ ਦੇ ਹੱਥ ਚਾ ਕੰਟਰੋਲ ਜਿਹੜੇ ਸਰਵਰ ਉਹਨਾਂ ਨੇ ਡਾਊਨ ਕਰਤੇ ਤੇ ਕੋਈ ਡੌਂਗਲ ਅਪਡੇਟ ਹੀ ਨਹੀਂ ਹੁੰਦੀਆਂ ਜੀ ਤੇ ਪੇਮੈਂਟ ਕਿਵੇਂ ਹੋਊਗੀ ਪੇਮੈਂਟ ਅੱਜ ਕੱਲ੍ਹ ਹੁੰਦੀ ਹੈ ਡਿਜੀਟਲ ਤਰੀਕੇ ਨਾਲ ਜੀ ਇਹਨਾਂ ਨੇ ਇਨਡਾਇਰੈਕਟਲੀ ਹਜੇ ਵੀ ਸਰਪੰਚੀਆਂ ਬਹਾਲ ਨਹੀਂ ਕੀਤੀਆਂ